हेलो गाइस, नमस्ते, सत श्री अकाल, अस्सलाम वालेकुम। यू आर वाचिंग एजी प्रोडक्शन पीके जी। मैं हां अजीम बुखारी, मैं हूं रफी। टुडे वी आर गोइंग टू वॉच अ न्यू सॉन्ग, द नेम इज रजा। तरसम जसड़ होना दा भाजी दा इह सॉन्ग आ, ते कल ही रिलीज़ होया। तो इन्हों के सोंग के बारे मैं गल करता चला। इन्हों के सोंग से ना कुछ नया ही दिखाया जाता, मतलब कि एक सोसाइटी रेलीवेंट चीज़ा दसिया जा कि जो गलत हो रही, जो मतलब कि जिस तरह धक्के चीज़ा हो रही पोलीटिक्स के होंदिया। तो मतलब क्या रीसेंट आप एक सोंग के उत्ते रिएक्शन दिता से, उस पोलीटिक्स की आई थिंक गल् इन्होंने दसिया से, जिदा सिद्धू भाजी ने होया। ठीक है, तो काफ़ी कुछ इन्हों की वीडियो से ना एक सस्पेंस जहा हों, आई मीन कि इस रजा नाम तो लग रहा है कि जिस तरह रब का आई थिंक शुक्र किया जाएगा इस दे विच, रजा रब की रजा च सारे नू राजी रहना चाहिए। तो आई थिंक मैं एक्साइटेड हाँ सोंग सुनने लिए। बाकी उमरा नू पुछदे हाँ। हाँ जी उमरा, बिल्कुल बिल्कुल एक्साइटेड हाँ, लेकिन कुछ कह नहीं सकते कि सोंग किस बारे होगा, किस रिलेटिड होगा, तो इसलिए पहले कुछ बोल भी नहीं सकते। मेरा ख्याल पहले वीडियो देख लेते हैं, फिर स्टार्ट करते हैं। चलो गाइज, फिर चल के पहले आप वीडियो सुनते हैं, फिर चल के तुहानू दस दें किवें दा लगा। ओके, स्टार्ट करते हैं। डेढ़ तक क्लास दी है ਐਨਾ ਵੀ ਨਾ ਦੇਵੀ ਕੇ ਦਿਮਾਗ ਹਿੱਲ ਜਾਵੇ, ਨਾ ਐਨਾ ਸਿੱਟੀ ਦਾਰ ਤੋਂ ਕੋਈ ਖਾਲੀ ਮੁੜ ਜਾਵੇ, ਸੋਨੇ ਦੀਆਂ ਥਾਲਾਂ ਵਿੱਚ ਰੋਟੀ ਨਾ ਹੀ ਆਵੇ, ਬਸ ਜਿੰਨਾ ਖਾਈਏ ਓਨਾ ਖਾਦਾ ਬਚ ਜਾਵੇ। ਦਿਮਾਗ ਭਾਵੇਂ ਥੋੜਾ ਪਰ ਦਿਲ ਖੁੱਲਾ ਰੱਖੀ, ਦੁੱਖਾਂ ਦੀ ਹਨੇਰੀ ਚ ਖੁਸ਼ੀ ਦਾ ਬੁੱਲਾ ਰੱਖੀ, ਰਜ਼ਾ ਵਿੱਚ ਰੱਖੀ ਬਸ ਰਾਜ਼ੀ ਸਭ ਰੱਖੀ, ਭਾਵੇਂ ਮੇਰੇ ਵੱਲ ਨੂੰ ਅਖੀਰ ਵਿੱਚ तेरे रूबरू एक दिन, तेरे ही किसी अजीज की सिफारिश लेकर, मेरी तो तू नहीं सुनेगा मुझे पता है, वही आएंगे मेरे साथ मेरी गुजारिश लेकर। तेरे जेड़े नेड़े ते करीब ने मैं जानदा, तेनू जेड़े सब तो अजीज ने मैं जानदा, उन्ना जिड्डा दिल ते औकात कदे होनी नी, सिर दे भी होना नी सगात पावी होनी नी, ਕੇ ਕੰਨ ਫੜ ਟੱਕੀ, ਵਿੱਚ ਰੱਖੀ ਬਸ ਰਾਜ਼ੀ ਸਭ ਰੱਖੀ, ਭਾਵੇਂ ਮੇਰੇ ਵੱਲ ਨੂੰ ਅਖੀਰ ਵਿੱਚ ਤੱਕੀ, ਅੱਲਾ ਵਿੱਚ ਰੱਖੀ ਭਾਵੇਂ ਰਾਮ ਵਿੱਚ ਰੱਖੀ, ਲਾਈਨ ਬੜੀ ਵਧੀਆ, ਵਿੱਚ ਰੱਖੀ ਆ ਕੁਰਾਨ ਵਿੱਚ ਰੱਖੀ, ਕੁਰਾਨ ਵਿੱਚ ਰੱਖੀ, ਕਰੀ ਮਾਫ ਮੇਰੇ ਗੁਨਾਹਾਂ ਨੂੰ, ਮੇਰੇ ਰਾਜ਼ੀ ਰੱਖੀ ਭਰਾਵਾਂ ਨੂੰ, ਕਰੀ ਪੂਰੇ ਸਭ ਦੇ ਚਾਵਾਂ ਨੂੰ, ਬਣਾ ਦੀਆਂ ਪੇਰਾਵਾਂ ਨੂੰ, ਮਿਹਨਤ ਤੋਂ ਕਦੇ ਭੱਜਾ ਨਾ, ਯਾਰਾਂ ਨੂੰ ਦਿਲ ਚੋਂ ਕੱਢਾ ਨਾ, ਹੋਏ ਚੜਾ ਕਿਸੇ ਦੀਆਂ ਵੱਡਾ ਨਾ, ਹੋਏ ਅਣਖ ਜੁੜੀ ਰਹੇ ਹੱਡਾਂ ਨਾ, ਬਸ ਇੰਨੀ ਕੁ ਔਕਾਤ ਦਵੀਂ, ਜੱਸੜ ਨੂੰ ਅਕਲ ਸੁਗਾਤ ਦਵੀਂ, ਲਿਖਾਰੀ ਨੂੰ ਜਜ਼ਬਾਤ ਦਵੀਂ, ਲਿਖਾਰੀ ਸਦਾ ਰੱਖੀ, ਰਜ਼ਾ ਵਿੱਚ ਰੱਖੀ ਬਸ ਰਾਜ਼ੀ ਸਭ ਰੱਖੀ, ਭਾਵੇਂ ਮੇਰੇ ਵੱਲ ਨੂੰ ਅਖੀਰ ਵਿੱਚ ਤੱਕੀ, ਅੱਲਾ ਵਿੱਚ ਰੱਖੀ ਭਾਵੇਂ ਰਾਮ ਵਿੱਚ ਰੱਖੀ, ਗੁਰੂ ਵਿੱਚ ਰੱਖੀ ਜਾਂ ਕੁਰਾਨ ਵਿੱਚ ਰੱਖੀ, ਗੁਰੂ ਵਿੱਚ ਰੱਖੀ ਜਾਂ ਕੁਰਾਨ ਵਿੱਚ ਰੱਖੀ, ਅੱਲਾ ਵਿੱਚ ਰੱਖੀ ਭਾਵੇਂ ਰਾਮ ਵਿੱਚ ਰੱਖੀ, ਗੱਦਾਰਾਂ ਵਿੱਚ ਨਹੀਂ ਸੇਵਾਦਾਰਾਂ ਵਿੱਚ ਰੱਖੀ, ਅੱਗੇ ਪਿੱਛੇ ਬਸ ਤੂੰ ਕਤਾਰਾਂ ਵਿੱਚ ਰੱਖੀ, ਹੱਕ ਲੈਣ ਵਾਲੇ ਹੱਕਦਾਰਾਂ ਵਿੱਚ ਰੱਖੀ, ਉਹੀ ਮਾਪੇ ਉਹੀ ਪਿੰਡ ਉਹੀ ਯਾਰਾਂ ਵਿੱਚ ਰੱਖੀ, ਜੋ ਛੱਡ ਆਪਾਂ ਇਨਸਾਨੀਅਤ ਲਈ ਜਿਉਂਦੇ, ਇਹੋ ਜਿਹੇ ਸੱਚੇ ਸਰਦਾਰਾਂ ਵਿੱਚ ਰੱਖੀ, ਰਜ਼ਾ ਵਿੱਚ ਰੱਖੀ ਬਸ ਰਾਜ਼ੀ ਸਭ ਰੱਖੀ, ਭਾਵੇਂ ਮੇਰੇ ਵੱਲ ਨੂੰ ਅਖੀਰ ਵਿੱਚ ਤੱਕੀ, ਅੱਲਾ ਵਿੱਚ ਰੱਖੀ ਭਾਵੇਂ ਰਾਮ ਵਿੱਚ ਰੱਖੀ, ਗੁਰੂ ਵਿੱਚ ਰੱਖੀ ਆ ਕੁਰਾਨ ਵਿੱਚ ਰੱਖੀ, ਰਜ਼ਾ ਵਿੱਚ ਰੱਖੀ ਬਸ ਰਾਜ਼ੀ ਸਭ ਰੱਖੀ, ਭਾਵੇਂ ਮੇਰੇ ਵੱਲ ਨੂੰ ਅਖੀਰ ਵਿੱਚ ਤੱਕੀ।
ਹਾਂਜੀ ਗਾਈਜ਼, ਕਿੱਦਾਂ ਯਾਰ? ਤੁਹਾਨੂੰ ਹੋਪਸ ਹੋ ਗਿਆ ਯਾਰ ਗਾਣਾ ਪਸੰਦ ਆਇਆ ਹੋਏਗਾ। ਬਹੁਤ ਵਧੀਆ ਗਾਣਾ ਸੀਗਾ। ਬੇਸਿਕਲੀ ਮੈਨੂੰ ਤਾਂ ਹਰ ਪੂਰੇ ਗਾਣੇ ਦੇ ਜਿੰਨੇ ਵੀ ਲਿਰਿਕਸ ਸੀ ਨਾ, ਸਾਰੇ ਬਹੁਤ ਵਧੀਆ ਲੱਗੇ। ਲਾਈਕ ਕਿ ਸਭ ਤੋਂ ਬੈਸਟ ਮੈਨੂੰ ਲੱਗਾ ਅੱਲਾ ਵਿੱਚ ਰੱਖੀ, ਭਾਵੇਂ ਰਾਮ ਵਿੱਚ ਰੱਖੀ, ਕੁਰਾਨ ਵਿੱਚ ਰੱਖੀ, ਭਾਵੇਂ ਦੂਸਰੀ ਕੀ ਸੀ, ਗ੍ਰੰਥ ਸਾਹਿਬ, ਆਈ ਥਿੰਕ ਉਹ ਗ੍ਰੰਥ ਸਾਹਿਬ ਹੀ ਸੀ, ਅਤੇ ਉਹ ਜਿਹੜੀ ਹੋਲੀ ਬੁੱਕ ਆ, ਅਤੇ ਉਸ ਦੇ ਵਿੱਚ ਰੱਖੀ ਅਤੇ ਰਜ਼ਾ ਰੱਖੀ ਅਤੇ ਹੈ, ਅਤੇ ਨਾ ਹੀ ਐਡਾ ਉੱਤੇ ਹੀ ਚੜ੍ਹਾਈ ਕਿ ਸੋਨੇ ਦੀਆਂ ਪਲੇਟਾਂ ਦੇ ਵਿੱਚ ਖਾਣੇ ਦਾ ਆਦਿ ਬਣਾ ਦੇ ਹੈ, ਨਾ ਐਡਾ ਨੀਚੇ ਗਰਾਈ ਕਿ ਲੋਕ ਮਤਲਬ ਕਿ ਕ੍ਰਿਟੀਸਾਈਜ਼ ਕਰਦੇ ਜਾਣ। ਇਹੋ ਜਿਹਾ ਕਨਕਲੂਜਨ ਸੀਗਾ ਸੌਂਗ ਦਾ। ਅਤੇ ਬਸ ਜਿੰਨਾ ਦਹੀਂ ਹਲਾਲ ਦਾ ਦਹੀਂ, ਉਨਾ ਦਹੀਂ ਜਿੰਨਾ ਕਿ ਅਸੀਂ ਖਾ ਸਕਦੇ ਹਾਂ, ਇਹੀ ਸਾਡੀ ਦੁਆ ਵੀ ਆ ਕਿ ਯਾਰ ਹੁਣਾਂ ਵੀ ਇੰਝ ਦਾ ਚਾਹੀਦਾ। ਜਿੱਦਾਂ ਅੱਜ ਕੱਲ੍ਹ ਰੇਸ ਲੱਗੀ ਹੋਈ ਆ ਨਾ ਨੋਟਾਂ ਪਿੱਛੇ ਭੱਜਣ ਦੀ, ਰਿਸ਼ਤੇਦਾਰਾਂ ਨੂੰ ਇਗਨੋਰ ਕਰਨ ਦੀ, ਆਪਣਿਆਂ ਨੂੰ ਥੱਲੇ ਦਿਖਾਉਣ ਦੀ, ਸ਼ਾਦੀ ਵਿਆਹਾਂ 'ਚ ਤੁਸੀਂ ਕੰਪੀਟੀਸ਼ਨ ਦੇਖ ਸਕਦੇ ਹਾਂ ਕਿ ਉਹਨਾਂ ਨੇ ਪੂਰਾ ਸਾਲ ਮਤਲਬ ਕਿ ਇੱਕ ਕਮੀਜ਼, ਦੋ ਸੂਟ ਮਤਲਬ ਚੇਂਜ ਨਹੀਂ ਕੀਤੇ ਹੁੰਦੇ। ਜਦੋਂ ਵਿਆਹ ਹੁੰਦਾ ਅਤੇ ਦਸ ਦਸ ਡਿਸ਼ਾਂ ਹੈ, ਨਵੇਂ ਤੋਂ ਨਵਾਂ ਹੋਟਲ ਬੁੱਕ ਕਰਾਇਆ ਹੁੰਦਾ ਅਤੇ ਪੈਸੇ ਅੰਨੇ ਮਾਂ ਸੁੱਟ ਰਹੇ ਹੁੰਦੇ, ਇਹ ਤੁਸੀਂ ਮਤਲਬ ਕਦੀ ਵੀ ਕਿਸੇ ਨੂੰ ਲਾਈਕ ਕਿ ਆਹ ਤੁਸੀਂ ਦੇਖੋ ਕਿ ਬਸ ਇੰਨਾ ਕੁ ਰੱਬ ਕੋ ਦੁਆ ਮੰਗਣੀ ਚਾਹੀਦੀ ਆ, ਜਿੰਨਾ ਦੇਵੇਂ ਹਲਾਲ ਦਾ ਦੇਵੇਂ, ਉਨਾ ਹੀ ਦੇਵੇਂ ਜਿੰਨਾ ਕਿ ਅਸੀਂ ਆਰਾਮ ਨਾਲ ਖਾ ਸਕਦੇ ਹਾਂ, ਸਕੂਨ ਦੀ ਨੀਂਦ ਸੋ ਸਕਦੇ ਹਾਂ, ਟੈਨਸ਼ਨ ਫਰੀ ਹੋ ਕੇ। ਯਾਰ ਮਜ਼ਾ ਆ ਗਿਆ ਸੌਂਗ ਸੁਣ ਕੇ। ਉਮਰਾ ਤੁਸੀਂ ਦੱਸੋ ਤੁਹਾਨੂੰ ਕਿਹੋ ਜਿਹਾ ਲੱਗਾ? ਬਹੁਤ 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 ਜ਼ਬਰਦਸਤ। ਮੈਨੂੰ ਸਭ ਨੂੰ ਰੁਚੀ ਇਸ ਗਾਣੇ ਦੇ ਵਿੱਚ ਇਹ ਲੱਗੀ ਸੀ ਕਿ ਉਹਨਾਂ ਨੇ ਜਿਸ ਜਗ੍ਹਾ ਦਾ ਇੰਤਖਾਬ ਕੀਤਾ ਨਾ, ਉਹ ਵੈਸੇ ਵੀ ਕੁਦਰਤ ਨਜ਼ਦੀਕ ਹੁੰਦੀ ਜਿਸ ਜਗ੍ਹਾ ਦਾ ਉਹਨਾਂ ਨੇ ਇੰਤਖਾਬ ਕੀਤਾ। ਬਿਲਕੁਲ ਪਹਾੜ ਅਤੇ ਕਸ਼ਮੀਰੀ ਲੋਕ ਇਸ ਟਾਈਪ ਦੇ, ਪਤਾ ਨਹੀਂ ਜਗ੍ਹਾ ਕਿਹੜੀ ਹੋਊਗੀ, ਲੇਕਿਨ ਬਹੁਤ ਖੂਬਸੂਰਤ ਸੀ। ਲੱਦਾਖ ਸੀ ਜਦੋਂ ਬੰਦਾ, ਆਈ ਥਿੰਕ ਹਾਂ ਸ਼ਾਇਦ ਕੁਛ ਕਹਿ ਨਹੀਂ ਸਕਦੇ, ਲੇਕਿਨ ਜਗ੍ਹਾ ਬਹੁਤ ਖੂਬਸੂਰਤ ਸੀ। ਜਦੋਂ ਬੰਦਾ ਇਸ ਜਗ੍ਹਾ 'ਤੇ, ਇੱਦਾਂ ਦੀ ਜਗ੍ਹਾ 'ਤੇ ਹੁੰਦਾ ਨਾ, ਬੰਦਾ ਨੇਚਰ ਦੇ ਉੱਦਾਂ ਹੀ ਕਰੀਬ ਚਲਾ ਜਾਂਦਾ। ਬੰਦੇ ਦੇ ਮੂੰਹ ਤੋਂ ਆਟੋਮੈਟਿਕਲੀ ਇੰਨੇ ਅੱਛੇ ਲਫਜ਼ ਨਿਕਲਣਾ ਸ਼ੁਰੂ ਹੋ ਜਾਂਦੇ, ਸ਼ੁਕਰ ਵਾਲੇ ਲਫਜ਼ ਨਿਕਲਣਾ ਸ਼ੁਰੂ ਹੋ ਜਾਂਦੇ। ਅਤੇ ਪੂਰਾ ਜਿਹੜਾ ਇਹ ਗਾਣਾ ਸੀਗਾ, ਇਹ ਪੂਰਾ ਸ਼ੁਕਰਾਨੇ ਅਤੇ ਸੀਗਾ ਕਿ ਮਤਲਬ ਸਾਨੂੰ ਸ਼ੁਕਰ ਕਰਨਾ ਚਾਹੀਦਾ, ਇੰਨਾ ਦਵੀ ਵੀ ਨਾ, ਇੰਨਾ ਨੀਚੇ ਵੀ ਨਾ ਕਰੀ, ਇੰਨਾ ਉੱਪਰ ਵੀ ਨਾ ਕਰੀ, ਇੰਨਾ ਦੇਈ ਕਿ ਬੰਦਾ ਸ਼ੁਕਰ ਅਦਾ ਕਰਦਾ ਰਹੇ। ਮੈਨੂੰ ਤਾਂ ਬਹੁਤ ਜ਼ਰੂਰੀ ਗਾਈਜ਼, ਅਤੇ ਹੋਪ ਸੋ ਗਾਈਜ਼ ਤੁਸੀਂ ਵੀ ਗਾਣੇ ਨੂੰ ਇੰਜੋਏ ਕੀਤਾ ਹੋਣਾ। ਅਗਰ ਗਾਣੇ ਨੂੰ ਇੰਜੋਏ ਕੀਤਾ ਹੋਣਾ, ਸਭ ਤੋਂ ਪਹਿਲੇ ਕਮੈਂਟ 'ਚ ਆਪਣੇ ਮਤਲਬ ਜਿੱਦਾਂ ਤੁਸੀਂ ਪ੍ਰੇ ਕਰਦੇ ਹਾਂ ਕਿ ਸਭ ਨੂੰ ਸਭ ਦੀ ਰਜ਼ਾ ਦੇ ਵਿੱਚ ਰੱਖੀ, ਵਾਹਿਗੁਰੂ ਕਹਿ ਕੇ ਕਰਦੇ ਹੋ, ਜਾਂ ਜੋ ਵੀ ਅੱਲਾ ਤੁਹਾਨੂੰ ਖੁਸ਼ ਰੱਖੇ, ਅਸੀਂ ਤਾਂ ਬੀਂਗ ਅ ਮੁਸਲਮ ਕਹਾਂਗੇ ਜਿਸ ਤਰ੍ਹਾਂ ਵੀ ਆ। ਅਤੇ ਯਾਰ ਲਾਈਫ ਇਜ਼ ਸੋ ਸ਼ਾਰਟ, ਠੀਕ ਆ, ਮਤਲਬ ਲਮਹੇ ਦਾ ਨਹੀਂ ਪਤਾ, ਆਹ ਜਿਹੜੀ ਆ ਨਾੜ ਜਾ ਰਹੀ ਆ ਨਾ ਸਾਹ ਲਈ, ਇੱਕ ਸੈਕਿੰਡ ਦੇ ਵਿੱਚ ਤੁਸੀਂ ਇਸ 'ਚ ਖਤਮ ਹੋ ਸਕਦੇ ਹਾਂ। ਤੁਸੀਂ ਇਮੈਜਿਨ ਨਹੀਂ ਕਰ ਸਕਦੇ ਹਾਰਟ ਅਟੈਕ ਹੋ ਜਾਏ ਜਾਂ ਕੋਈ ਵੀ ਅੱਲਾ ਨਾ ਕਰੇ ਇੰਸੀਡੈਂਟ ਹੋ ਜਾਏ, ਮਗਰ ਇਹੋ ਜਿਹੀ ਮੌਤ ਮਰੋ ਕਿ ਤੁਸੀਂ ਅਗਲੇ ਜਾਨ ਜਾ ਕੇ ਵੀ ਮਤਲਬ ਕਿ ਪ੍ਰਾਊਡਲੀ ਕਹਿ ਸਕੋ ਕਿ ਮੈਂ ਕੋਈ ਗਲਤ ਕੰਮ ਨਹੀਂ ਕੀਤਾ। ਕਿਉਂਕਿ ਇੱਕ ਸਾਡਾ ਮੰਨਣਾ ਇਹ ਹੈ ਕਿ ਰਿਵਾਰਡ ਐਂਡ ਜੋ ਵੀ ਮਤਲਬ ਤੁਸੀਂ ਕੀਤਾ ਨਾ ਦੁਨੀਆ 'ਚ, ਉਹਦਾ ਇੱਕ ਵਾਰੀ ਤੁਹਾਨੂੰ ਦੱਸਣਾ ਪੈਣਾ ਅੱਗੇ ਜਿਹਨੇ ਤੁਹਾਨੂੰ ਬਣਾਇਆ, ਠੀਕ ਆ, ਉਹ ਰੱਬ ਆ, ਤੁਸੀਂ ਵਾਹਿਗੁਰੂ ਕਹਿ ਦਿਓ ਜਾਂ ਜੋ ਵੀ ਕਹਿਣਾ ਕਹਿ ਦਿਓ, ਅੱਲਾਹ, ਠੀਕ ਆ, ਉਸ ਨੇ ਤੁਹਾਨੂੰ ਅਗਰ ਦੁਨੀਆ 'ਚ ਭੇਜਿਆ ਨਾ, ਤੁਹਾਡਾ ਇੱਕ ਜਿਹੜਾ ਤੂੰ ਪੂਰਾ ਕਨਕਲੂਜਨ ਆ ਤੁਸੀਂ ਇੱਕ ਵਾਰੀ ਸਾਹਮਣੇ ਬਿਆਨ ਕਰਨਾ ਹੀ ਆ। ਅਤੇ ਇਸ ਲਈ ਸਾਰੇ ਇਨਸਾਨ ਆ, ਠੀਕ ਆ, ਕੋਈ ਏਲੀਅਨ ਨਹੀਂ ਹੈ, ਨਾ ਹੀ ਕਿਸੇ ਨੂੰ ਵੱਢਣ ਦੀ ਕੋਸ਼ਿਸ਼ ਕਰੋ, ਠੀਕ ਆ। ਅਤੇ ਬਾਕੀ ਹੋਪਸ ਹੋ ਗਈ ਤੁਹਾਨੂੰ ਪਸੰਦ ਆਇਆ ਹੋਏਗਾ ਗਾਣਾ। ਚਲੋ ਫਿਰ ਗਾਈਜ਼, ਸਾਨੂੰ ਤਾਂ ਇਜਾਜ਼ਤ, ਮਿਲਦੇ ਅਗਲੀ ਵੀਡੀਓ 'ਚ। ਥੈਂਕ ਯੂ ਸੋ ਮਚ, ਟੇਕ ਕੇਅਰ, ਅੱਲਾ ਹਾਫਿਜ਼।